ਜੀ ਜਿਹਦਾ ਜਗਦੇਵ ਸਿੰਘ ਤਨਵੰਡੀ ਜਿਨ੍ਹਾਂ ਨੂੰ ਪੰਥ ਦੇ ਲੋਹ ਪੁਰਸ਼ ਕਿਹਾ ਜਾਂਦਾ ਔਰ ਉਹਨਾਂ ਨੇ ਸਾਰੀ ਉਮਰ ਪੰਥ ਦੀ ਸੇਵਾ ਕੀਤੀ ਪੰਥ ਨੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਪੰਥ ਨੇ ਉਹਨਾਂ ਨੂੰ SCPC ਦਾ ਪ੍ਰਧਾਨ ਬਣਾਇਆ ਉਹ ਬੜੀ ਇਮਾਨਦਾਰੀ ਨਾਲ ਉਹਨਾਂ ਨੇ ਪ੍ਰਧਾਨਗੀ ਕੀਤੀ ਔਰ ਮੈਨੂੰ ਬਹੁਤ ਸਾਰੀਆਂ ਹੋਰ ਉਹਨਾਂ ਦੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਮੇਰੇ ਸਾਹਮਣੇ ਬੈਠ ਕੇ ਕੀਤੀਆਂ ਅੱਜ ਮੌਕਾ ਨਹੀਂ ਕਿਉਂਕਿ ਤੁਸੀਂ ਥੋੜ੍ਹੇ ਮਨਾਂ ਵਿੱਚ ਆ ਕਿ ਸਾਨੂੰ ਪਹਿਲਾਂ ਹੀ ਇਹਨਾਂ ਨੇ ਲੇਟ ਕਰਤਾ ਮੈਂ ਬਹੁਤੇ ਉਹ ਲੰਮੇ ਚੌੜੇ ਸਪੀਚ ਨਹੀਂ ਜਾਣਾ ਚਾਹੁੰਦਾ ਲੇਕਿਨ ਅੱਜ ਇਸ ਪਰਿਵਾਰ ਦਾ ਪਰਿਵਾਰਵਾਦ ਰਾਜਸੀ ਸ਼ਕਤੀ ਦੁਰਵਰਤੋਂ ਕਰਦੇ ਕਮਾ ਜਿਸ ਢੰਗ ਨਾਲ ਇਹਨਾਂ ਨੇ ਕਮਾਈਆਂ ਕੀਤੀਆਂ ਨੇ ਉਹ ਸਵੀਰ ਹਨ ਤਾਂ ਪੰਥ ਖੇੜਾ ਆਪਣੇ ਆਪ ਨਾਲ ਜਿਸ ਵੱਲ ਦਾ ਇੱਕ ਦਿਨ ਇਹਨਾਂ ਨੂੰ ਇਕੱਲੀ ਇਕੱਲੀ ਪਾਈ ਦਾ ਹਿਸਾਬ ਦੇਣਾ ਪੈਣਾ ਅਤੇ ਇਹਨਾਂ ਨੂੰ ਪੰਜ ਔਰ ਪੰਜਾਬ ਦੇ ਵਿੱਚ ਕਿਸੇ ਨੇ ਮੂੰਹ ਨਹੀਂ ਲਾਉਣਾ ਅੱਜ ਅਸੀਂ ਸਾਰੇ ਪੰਥ ਦਰਦੀ ਅਤੇ ਗੌਰਮਈ ਅਕਾਲੀ ਦਲ ਦੇ ਸਿਪਾ ਸਰਦਾਰ ਸਾਹਿਬ ਢੀਂਡਸਾ ਦੀ ਅਗਵਾਈ ਇਕੱਠੇ ਹੋ ਕੇ ਸਾਡਾ ਕੋਈ ਆਪਣਾ ਪਰਸਨਲ ਏਜੰਡਾ ਨਹੀਂ ਨਾ ਕੋਈ ਸਾਨੂੰ ਲਾਲਸਾ ਨਾ ਭਾਵਨਾ ਅਸੀਂ ਨਰੋਲ ਪੰਥ ਅਤੇ ਹਾਂ ਅਤੇ ਇਹਨਾਂ ਦੀ ਨਾਲ ਲੱਗ ਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਨੂੰ ਬੁਲੰਦੀਆਂ ਵਿੱਚ ਲੈ ਕੇ ਜਾਵਾਂਗੇ ਕਈ ਲੋਕ ਮਹਿਸੂਸ ਕਰਦੇ ਨੇ ਕਿ ਤੁਸੀਂ ਬਹੁਤ ਲੇਟ ਹੋ ਦੇਰ ਇਜ਼ ਸੇਇੰਗ ਇਨ ਇੰਗਲਿਸ਼ ਇਟਸ ਨੈਵਰ ਲੇਟ ਟੂ ਚੇਂਜ ਦਾ ਡਾਇਰੈਕਸ਼ਨ ਜਾਂ ਡਰੀਮ ਆਫ ਡਰੀਮਸ ਹੋ ਸਕਦੇ ਨੇ ਭਾਵੇਂ ਤੁਸੀਂ ਗਲਤ ਰਸਤੇ ਜਿੰਨੇ ਵੀ ਚੱਲੇ ਹੋ ਨਿਕਲ ਗਏ ਹੋ ਫਿਰ ਵੀ ਤੁਸੀਂ ਵਾਪਸ ਆ ਸਕਦੇ ਹੋ ਔਰ ਮੈਂ ਦੱਸਣਾ ਚਾਹੁੰਦਾ ਸਾਡੇ ਰਾਜ ਦੇ ਵਿੱਚ ਕਿਸਾਨਾਂ ਦੀ ਜੋ ਬਰਬਾਦੀ ਹੋਈ ਜਿਵੇਂ ਉਹਨਾਂ ਨੇ ਖੁਦਕੁਸ਼ੀਆਂ ਕੀਤੀਆਂ ਸਾਡੇ ਨੌਜਵਾਨੀ ਖਤਮ ਕਰ ਦਿੱਤੀ ਅੱਜ ਪੰਜਾਬੀ ਪੰਜਾਬ ਖਤਮ ਹੋ ਰਿਹਾ ਨੌਜਵਾਨ ਭੱਜ ਕੇ ਵਿਦੇਸ਼ਾਂ ਨੂੰ ਜਾ ਰਿਹਾ ਔਰ ਇਹਦਾ ਜ਼ਿੰਮੇਵਾਰ ਕੌਣ ਆ ਅਸੀਂ ਸਾਰੇ ਹਾਂਜੀ ਤੁਸੀਂ ਕੁਛ ਕਹਿਣਾ ਚਾਹੁੰਦੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਰੇ ਇਹਨਾਂ ਨੇ ਕਿਹਾ ਕਿ ਤੁਸੀਂ ਕੁਛ ਨਹੀਂ ਬੋਲੇ ਜਦੋਂ ਪਰਿਵਾਰ ਦੀ ਗੱਲ ਆ ਗਈ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਨਾਂ ਨਾਲ ਹੀ ਆ ਗਿਆ ਇਕੁਅਲੀ ਰਿਸਪੋਂਸੀਬਲ ਜੇਕਰ ਉਹ ਚਾਹੁੰਦੇ ਉਹਨਾਂ ਦਾ 80 ਸਾਲ ਦਾ ਤਜਰਬਾ ਸੀ ਉਹ ਰੋਕਦੇ ਕਿ ਕਾਕਾ ਇਹ ਸ਼੍ਰੋਮਣੀ ਅਕਾਲੀ ਦਲ ਦੇ ਅਸੂਲ ਨਹੀਂ ਸ਼੍ਰੋਮਣੀ ਅਕਾਲੀ ਦਲ ਨੂੰ ਪਰਿਵਾਰ ਦੀਆਂ ਲੀਹਾਂ 'ਤੇ ਨਹੀਂ ਜਾਇਆ ਜਾ ਸਕਦਾ ਔਰ ਕਦੇ ਹੋਇਆ ਤੁਸੀਂ ਸਾਰਿਆਂ ਨੇ ਸੁਣਿਆ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਨੇ ਸੱਦਿਆ ਕਿ ਉਹ ਅੰਨਿਆ ਉਹ ਕਾਣਿਆ ਤੂੰ ਮੋਰਾ ਨਾਚੀ ਨੂੰ ਲਾਹੌਰ ਦੇ ਬਾਜ਼ਾਰਾਂ 'ਚ ਘੁਮਾਉਣਾ ਤੈਨੂੰ ਸਜ਼ਾ ਦਿੱਤੀ ਜਾਣੀ ਹੈ ਉਹ ਅਕਾਲ ਤਖ਼ਤ 'ਤੇ ਹਾਜ਼ਰ ਹੋਇਆ ਸਾਰੇ ਜਾਣਦੇ ਆ ਕਿ ਨਹੀਂ ਔਰ ਉਹ ਹਾਜ਼ਰ ਹੋਇਆ ਉਹਦੇ ਕੋਲੇ ਮਾਰਨ ਦੀ ਸਜ਼ਾ ਦਿੱਤੀ ਗਈ ਉਹਨੇ ਸ਼ਾਹੀ ਪਿਛਾਕ ਲਾ ਕੇ ਡੰਗ ਦਿੱਤੀ ਸਿਰ ਝੁਕਾ ਲਿਆ ਲੇਕਿਨ ਕੋੜੇ ਨਹੀਂ ਮਾਰੇ ਗਏ ਜਿੰਨੇ ਜਰਨੈਲ ਬੈਠੇ ਸੀ ਮਿਸਲਾਂ ਦੇ ਉਹਨਾਂ ਨੇ ਇਹ ਗੱਲ ਕਹੀ ਕਿ ਇੰਨਾ ਨਿਮਾਣਾ ਇੰਨਾ ਨਿਤਾਣਾ ਇਹ ਬਾਦਸ਼ਾਹ ਹੋ ਕੇ ਇਹਨੂੰ ਬਖਸ਼ ਦਿਓ ਅਕਾਲੀ ਫੂਲਾ ਸਿੰਘ ਨੇ ਕਿਹਾ ਮੁੜਤੀ ਇਹੋ ਜਿਹੀ ਗਲਤੀ ਨਾ ਕਰੀ ਲੇਕਿਨ ਆਹ ਅੱਜ ਦਾ ਪ੍ਰਧਾਨ ਅੱਜ ਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੂੰ ਆਪਦੇ ਘਰੇ ਬੁਲਾ ਕੇ ਉਹ ਸੌਦਾ ਸਾਧ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਘਰ 'ਚ ਬੁਲਾ ਕੇ ਉੱਥੋਂ ਸੌਦਾ ਸਾਧ ਦੀ ਮੁਆਫ਼ੀ 'ਤੇ ਦਸਖਤ ਕਰਾਏ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਉਹਨੇ ਮਾਫ਼ੀ ਸ਼ਬਦ ਉੱਤੇ ਲਿਖਿਆ ਵੀ ਨਹੀਂ ਸੀ ਲੈਟਰ 'ਚ ਇਹਨੇ ਆਪ ਟਾਈਪ ਕਰਾਇਆ
ਤੁਹਾਨੂੰ ਕਿਸੇ ਨੂੰ ਇੱਕ ਹੋਰ ਗੱਲ ਦਾ ਪਤਾ ਨਹੀਂ, ਅੱਜ ਉਹ ਵੀ ਸੁਣ ਲਓ, ਸਾਨੂੰ ਇਹਨਾਂ ਨੇ 40-45 MLA ਕਾਂਗਰਸ ਦੇ, ਆਪ ਦੇ, ਅਕਾਲੀ ਦਲ ਦੇ ਅੰਮ੍ਰਿਤਸਰ ਸੱਦ ਲਿਆ। ਅਸੀਂ ਕਿਹਾ ਸਾਨੂੰ ਕਾਹਨੂੰ ਸੱਦਿਆ, ਕਦੇ ਤੁਸੀਂ ਡੇਰਾ ਸੱਚਾ ਸੌਦਾ ਗਏ ਸੀ? ਉਹ ਅਸੀਂ ਕਿਹਾ ਅਸੀਂ ਤਾਂ ਜ਼ਿੰਦਗੀ ਭਰ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਮੱਥਾ ਨਹੀਂ ਟੇਕਿਆ, ਕਿਸੇ ਨੂੰ ਗੁਰੂ ਨਹੀਂ ਮੰਨਿਆ, ਪਰ ਤੁਸੀਂ ਸੇਵਾ ਲਾਤੀ, ਸਾਨੂੰ ਮਨਜ਼ੂਰ ਆ। ਜਿਸ ਦਿਨ ਸੇਵਾ ਪੂਰੀ ਹੋ ਗਈ, ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਗਿਆ ਕਮਰੇ 'ਚ, ਔਰ ਉੱਥੇ ਹੋਰ ਵੀ ਜਥੇਦਾਰ ਸਾਹਿਬਾਨ ਬੈਠੇ ਸੀ। ਮੈਂ ਇਹ ਗੱਲ ਕਹੀ ਕਿ ਜਥੇਦਾਰ ਸਾਹਿਬ, ਅਸੀਂ ਤਾਂ ਸਾਹ ਦੇ ਡੇਰੇ ਤੱਕ ਨਹੀਂ ਗਏ, ਤੁਸੀਂ ਸਾਨੂੰ ਸੇਵਾ ਕਿਉਂ ਲਾਈ? ਕਹਿੰਦਾ ਇਹ ਗਲਤੀ ਤੁਹਾਡੇ ਪ੍ਰਧਾਨ ਦੀ ਹੈ, ਉਹ ਤੋਂ ਪੁੱਛੋ, ਉਹਨੇ ਐਲਾਨ ਕੀਤਾ ਸੀ ਕਿ ਉਹਨੇ ਲੈਣੀ ਹੈ। ਮੈਂ ਕਿਹਾ ਸਾਨੂੰ ਸੇਵਾ ਕਿਉਂ ਲਾਈ? ਕਹਿੰਦੇ ਇਹਦੇ ਲਈ ਮੈਂ ਕੀ ਕਹਾਂ, ਇਹ ਵੀ ਆਪਣੇ ਪ੍ਰਧਾਨ ਤੋਂ ਪੁੱਛ ਲਓ, ਉਹਨੇ ਕਿਹਾ ਸੀ ਇਹਨਾਂ ਆਦਮੀ ਨੂੰ ਬੁਲਾ ਲਈ। ਸੋ ਇਹ ਹਾਲ ਆ ਸਾਡੀ ਪਾਰਟੀ ਦਾ। ਯੂ ਕੈਨ ਆਸਕ ਮੀ ਐਨੀ ਕੁਐਸਚਨ। ਔਰ ਹੋਰ ਹਾਂ, ਇੱਕ ਗੌਰਤਲਬ ਗੱਲ ਕਿ ਮੈਂ ਇਹ ਵੀ ਕਿਹਾ ਗਿਆ, ਮੈਂ ਕਿਹਾ ਜਿਹਨੇ ਪ੍ਰਧਾਨ ਨੇ ਸਾਨੂੰ ਭੇਜਿਆ ਸੀ ਕਿ ਤੁਸੀਂ ਸੇਵਾ ਲਾਓਗੇ, ਉਹ ਕਹਿੰਦੇ ਹੁਣ ਦੱਸ ਕੀ ਕਰੀਏ, ਤੂੰ ਗੱਲ ਹੀ ਇਹੋ ਜਿਹੀ ਪੁੱਛ ਲਈ, ਕੋਈ ਜਵਾਬ ਨਹੀਂ ਦਿੱਤਾ, ਸੇਵਾ ਨਹੀਂ ਲਈ। ਹਾਂਜੀ, ਮੈਂ ਆਪਦੇ ਸਾਰੇ ਜੋ ਸ਼੍ਰੋਮਣੀ ਅਕਾਲੀ ਦੇ ਸਿਪਾਸਰਾ ਸੀ, ਜੋ ਤਲਵੰਡੀ ਸਾਹਿਬ ਦੇ ਨਾਲ ਵੱਖ ਵੱਖ ਜ਼ਿਲ੍ਹਿਆਂ 'ਚ ਪੰਜਾਬ ਸੀ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦਾ ਸੀ, ਪਰਿਵਾਰ ਨੂੰ ਨਾਲ ਲੈ ਕੇ ਚੱਲਣਾ ਚਾਹੁੰਦਾ ਸੀ। ਇਸ ਕਰਕੇ ਅੱਜ ਬਹੁਤ ਵੱਡੀ ਮਹਾਨ ਜਿੱਤ ਹੋਈ ਹੈ। ਸਾਰੇ ਦੇ ਸਾਰਾ ਪਰਿਵਾਰ ਅਤੇ ਉਹਨਾਂ ਦੇ ਵਰਕਰ ਸਾਹਿਬਾਨਾਂ ਨੇ ਮੈਨੂੰ ਹੌਸਲਾ ਦਿੱਤਾ ਕਿ ਮੈਂ ਟੀਕਸਾ ਸਾਹਿਬ ਦਾ ਸਾਥ ਦੇਵਾਂ, ਔਰ ਸੱਚੇ ਰਾਹ ਚੱਲ ਕੇ ਅਕਾਲੀ ਦਲ ਦਾ ਝੰਡਾ ਬੁਲੰਦ ਕਰੀਏ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ।